ਹਾਂਜੀ, ਅਸੀਂ ਪਿਛਲੇ 7 ਤਰੀਕ ਤੋਂ ਲੈ ਕੇ ਤੀਆਂ ਦਾ ਜਿਹੜਾ ਤਿਉਹਾਰ ਆ ਇਹ ਮਨਾ ਰਹੇ ਹਾਂ, ਕਿਉਂਕਿ ਜਿਹੜੇ ਹੁਣ ਸਾਡੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਤਿਉਹਾਰ ਸੀ ਉਹਨਾਂ ਉਹ ਮਤਲਬ ਕਿ ਖਤਮ ਹੁੰਦੇ ਜਾ ਰਹੇ ਸੀ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਤੀਆਂ ਦਾ ਤਿਉਹਾਰ ਆ ਲਗਾਤਾਰ 7 ਤਰੀਕ ਤੋਂ ਲੈ ਕੇ ਅੱਜ 19 ਤਰੀਕ ਤੱਕ ਮਨਾਇਆ ਹੈ। ਅੱਜ ਸਾਡੇ ਤੀਆਂ ਦਾ ਲਾਸਟ ਦਿਨ ਸੀਗਾ ਅਤੇ ਅਸੀਂ ਇਹਨਾਂ ਦਿਨਾਂ ਦੇ ਦੌਰਾਨ ਬਹੁਤ ਮੌਜ ਮਸਤੀ ਕੀਤੀ ਅਤੇ ਕੁਛ ਕੁ ਜਿਹੜੀਆਂ ਸਾਡੀਆਂ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਤੀਆਂ ਬਾਰੇ ਨਹੀਂ ਪਤਾ ਸੀ ਜਾਂ ਗਿੱਧਾ ਨਹੀਂ ਪਾਉਣਾ ਆਉਂਦਾ ਸੀ, ਉਹਨਾਂ ਨੇ ਵੀ ਇਹਨਾਂ ਤੀਆਂ ਦੇ ਦੌਰਾਨ ਗਿੱਧਾ ਸਿੱਖਿਆ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਡੀ ਜਿਹੜੀ ਇਹ ਕੋਸ਼ਿਸ਼ ਸੀ ਇਹਨੂੰ ਜਿਹੜਾ ਫਲ ਲੱਗਿਆ ਹੈਗਾ। ਹਾਂਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਆ ਜਾਂ ਜਿਹੜੇ ਛੋਟੇ ਬੱਚੇ ਆ ਉਹ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਮੋਬਾਈਲ ਨਾਲ ਹੀ ਜੁੜੇ ਹੋਏ ਆ, ਮਤਲਬ ਕਿ ਉਹ ਘਰ ਤੋਂ ਬਾਹਰ ਜਾਣਾ ਵੀ ਪਸੰਦ ਨਹੀਂ ਕਰਦੇ। ਇਸੇ ਕਰਕੇ ਜਿਹੜਾ ਅਸੀਂ ਤੀਆਂ ਦਾ ਤਿਉਹਾਰ ਨੂੰ ਮਨਾਇਆ ਹੈਗਾ ਤਾਂ ਕਿ ਜਿਹੜੇ ਉਹ ਬੱਚੇ ਆ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੇ ਜਿਹੜੇ ਸੱਭਿਆਚਾਰ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਰੀਤੀ ਰਿਵਾਜ਼ਾਂ ਦਾ ਪਤਾ ਲੱਗ ਸਕੇ, ਜਿਵੇਂ ਚਰਖੇ, ਮਧਾਣੀਆਂ, ਬੋਲੀਆਂ, ਗਿੱਧਾ ਅਤੇ ਪੰਜਾਬੀ ਬੋਲੀਆਂ ਵਿੱਚ ਜਿਹੜਾ ਸਾਡਾ ਸੱਭਿਆਚਾਰ ਆ ਉਹਦੀ ਜਿਹੜੀ ਝਲਕ ਆ ਉਹ ਪੇਸ਼ ਕੀਤੀ ਜਾਂਦੀ ਆ, ਤਾਂ ਫਿਰ ਉਹਨਾਂ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਪੰਜਾਬੀ ਵਿਰਸਾ ਹੈਗਾ ਇਹ ਕਿੰਨਾ ਜ਼ਿਆਦਾ ਅਮੀਰ ਆ। ਹਾਂਜੀ, ਸਾਰਿਆਂ ਤੋਂ ਸਾਡੀ ਸਭ ਦੀ ਇਹੀ ਕੋਸ਼ਿਸ਼ ਸੀ ਕਿ ਅਸੀਂ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਵਧਾਈਏ ਅਤੇ ਸਾਡੀ ਇਸ ਕੋਸ਼ਿਸ਼ ਅਤੇ ਮਿਹਨਤ ਨੂੰ ਫਲ ਵੀ ਲੱਗਿਆ ਹੈ ਕਿ ਸਾਡਾ ਬੱਚਿਆਂ ਨੇ, ਛੋਟੀਆਂ ਛੋਟੀਆਂ ਬੱਚੀਆਂ ਨੇ, ਸਾਡੀਆਂ ਭੈਣਾਂ ਨੇ, ਮਾਵਾਂ ਨੇ ਬਹੁਤ ਸਾਥ ਦਿੱਤਾ ਹੈਗਾ। ਹਾਂਜੀ, ਜਿਹੜੀਆਂ ਤੀਆਂ ਸਾਡੇ ਇਸ ਟੱਲੇਵਾਲ ਖੁਰਦ ਦੇ ਵਿੱਚ ਲਗਾਈਆਂ ਜਾਂਦੀਆਂ ਹੈਗੀਆਂ ਇਹਦਾ ਸਿਰਾ ਸਾਡੇ ਪਿੰਡ ਦੇ ਸਰਪੰਚ ਸਾਹਿਬਾਨ ਸ਼੍ਰੀਮਤੀ ਸੰਦੀਪ ਕੌਰ ਧਾਲੀਵਾਲ ਅਤੇ ਉਹਨਾਂ ਦੇ ਰਿਸਪੈਕਟਡ ਹਸਬੈਂਡ ਸਰਦਾਰ ਗੁਰਚਰਨ ਸਿੰਘ ਧਾਲੀਵਾਲ ਨੂੰ ਜਾਂਦਾ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਸਾਰੇ ਹੀ ਹਰ ਇੱਕ ਤਿਉਹਾਰ, ਇਕੱਲੀਆਂ ਤੀਆਂ ਨਹੀਂ, ਹਰ ਇੱਕ ਤਿਉਹਾਰ ਹੀ ਇਕੱਠੇ ਰਲ ਮਿਲ ਕੇ ਮਨਾਉਂਦੇ ਹਾਂ ਅਤੇ ਇਹ ਜਿਹੜੇ ਤਿਉਹਾਰ ਆ ਜਦੋਂ ਅਸੀਂ ਇਕੱਠੇ ਰਲ ਮਿਲ ਕੇ ਮਨਾਉਂਦੇ ਹਾਂ ਇੱਥੋਂ ਹੀ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਉਸ ਦਾ ਪਤਾ ਚੱਲਦਾ ਹੈਗਾ। ਹਾਂਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਆਧੁਨਿਕ ਯੁੱਗ ਦੇ ਵਿੱਚ ਬਹੁਤ ਸਾਰੇ ਪਿੰਡ ਵੀ ਇਹੋ ਜਿਹੇ ਆ ਅਤੇ ਕੁਛ ਕੁ ਜਿਹੜੇ ਮਤਲਬ ਕਿ ਘਰਾਂ ਦੇ ਰੁਝੇਵੇਂ ਵੀ ਇੱਦਾਂ ਦੇ ਆ ਕਿ ਜਿਹੜੀਆਂ ਔਰਤਾਂ ਹੈ, ਬੱਚੀਆਂ ਜਾਂ ਕੁੜੀਆਂ ਹੈ, ਜਾਂ ਜਿਹੜੀਆਂ ਸਮਾਜਿਕ ਕੁਰੀਤੀਆਂ ਨੂੰ ਦੇਖਦੇ ਹੋਏ ਕੁੜੀਆਂ ਨੂੰ, ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ, ਪਰ ਜਿਹੜੇ ਇਹੋ ਜਿਹੇ ਤਿਉਹਾਰ ਆ ਜਿੱਥੇ ਅਸੀਂ ਸਾਰੇ ਇਕੱਠੇ ਹੁੰਦੇ ਹਾਂਗੇ ਤਾਂ ਉਹਨਾਂ ਬੱਚਿਆਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਘਰੋਂ ਬਾਹਰ ਵੀ ਨਿਕਲਣ ਦਾ ਮੌਕਾ ਮਿਲਦਾ ਹੈ, ਕਿਉਂਕਿ ਅਸੀਂ ਹਰ ਵਕਤ ਜਦੋਂ ਘਰ ਵਿੱਚ ਰਹਿੰਦੇ ਹਾਂ ਤਾਂ ਅਸੀਂ ਮਤਲਬ ਕਿ ਵਧੀਆ ਫੀਲ ਨਹੀਂ ਕਰਦੇ ਅਤੇ ਉਹਨਾਂ ਨੂੰ ਵੀ ਆਨੰਦਮਈ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈਗਾ। ਹਾਂਜੀ, ਜਿਹੜਾ ਸਾਉਣ ਦਾ ਮਹੀਨਾ ਹੈਗਾ ਜਿਹੜੀਆਂ ਸਾਰੀਆਂ ਭੈਣਾਂ ਆ ਇਕੱਠੀਆਂ ਹੋ ਕੇ ਆਪਣੇ ਜਿਹੜੇ ਮਨ ਦੇ ਵਲਬਲੇ ਆ, ਰੀਝਾਂ ਏ, ਚਾਅ ਏ, ਉਹਨਾਂ ਨੂੰ ਨੱਚ ਟੱਪ ਕੇ ਗਿੱਧੇ ਵਿੱਚ ਬੋਲੀਆਂ ਪਾ ਕੇ ਉਹਨਾਂ ਨੂੰ ਬਾਹਰ ਕੱਢਦੀਆਂ। ਅਸੀਂ ਇਸ ਮੌਕੇ 'ਤੇ ਮੈਂ ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ, ਜਿਹੜੇ ਸਾਡੇ ਨਾਲ ਤੁਰ ਕੇ ਸਹਿਯੋਗ ਦੇ ਕੇ ਸਾਰਾ ਇਹ ਵਧੀਆ ਪ੍ਰੋਗਰਾਮ ਕਰਾਉਂਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਆਪਣੇ ਕੰਮਾਂ ਕਾਰਾਂ 'ਚੋਂ ਟਾਈਮ ਕੱਢ ਕੇ ਸਾਡੇ ਨਾਲ ਟਾਈਮ ਸਪੈਂਡ ਕਰਦੇ ਨੇ। ਅਸੀਂ ਤਾਂ ਇਹ ਕਹਿੰਦੇ ਅੱਗੇ ਤੋਂ ਵੀ ਗਾਂ ਤੋਂ ਸਾਰੇ ਇਕੱਠੇ ਹੋ ਕੇ ਸਾਰੇ ਤਿਉਹਾਰ ਪੂਰੇ ਰੀਤੀ ਰਿਵਾਜ਼ਾਂ ਨਾਲ ਮਨਾਈਏ ਆਪਾਂ। ਬਹੁਤ ਬਹੁਤ ਧੰਨਵਾਦ ਮੇਰੀਆਂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡਾ ਸਹਿਯੋਗ ਦਿੱਤਾ।
ਹਾਂਜੀ, ਅਸੀਂ ਸਾਡੀ ਰੀਝ ਇਹ ਸੀ ਵੀ ਜੇ ਅਸੀਂ ਸਰਪੰਚ ਬਣਦੇ ਤਾਂ ਅਸੀਂ ਸਾਰੇ ਲੇਡੀਜ਼ ਦੇ ਸ਼ੌਂਕ ਪੂਰੇ ਕਰਨੇ, ਅਸੀਂ ਇਹਨਾਂ ਦੇ ਸਾਰੇ ਸ਼ੌਂਕ ਪੂਰੇ ਕੀਤੇ ਹੈ। ਜਿਹੜੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਅਸੀਂ ਸਾਰੇ ਪੂਰੇ ਕੀਤੇ ਆ। ਪਹਿਲਾਂ ਤਾਂ ਮੈਂ ਸਾਰੀਆਂ ਲੇਡੀਜ਼ ਨੂੰ ਤੀਆਂ ਦੀਆਂ ਵਧਾਈਆਂ ਦੇਣੀਆਂ ਚਾਹੁੰਦੀ ਹਾਂ। ਅੱਜ ਅਸੀਂ ਵੱਲੋਂ ਪਾਈ ਆ ਅਤੇ ਸਾਰੀਆਂ ਲੇਡੀਜ਼ ਬਹੁਤ ਖੁਸ਼ ਸੀਗੀਆਂ। ਤੀਆਂ ਦੇ ਤਿਉਹਾਰ ਦੇ ਵਿੱਚ ਅਸੀਂ ਆ ਕੇ ਆਪਣੇ ਬਜ਼ੁਰਗ ਔਰਤਾਂ ਬੀਬੀਆਂ ਭੈਣਾਂ ਦੇ ਨਾਲ ਬੈਠੇ ਆ, ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ, ਅਸੀਂ ਬਹੁਤ ਸਾਰੀਆਂ ਗੱਲਾਂ ਉਹਨਾਂ ਤੋਂ ਸਿੱਖੀਆਂ ਨੇ। ਉਹਨਾਂ ਨੇ ਸਾਨੂੰ ਪੁਰਾਣੇ ਸਮੇਂ ਦੀਆਂ ਬਹੁਤ ਗੱਲਾਂ ਸਿਖਾਈਆਂ, ਸਾਨੂੰ ਬਹੁਤ ਸਾਰੀਆਂ ਬੋਲੀਆਂ ਸਿਖਾਈਆਂ ਜਿਨ੍ਹਾਂ ਤੋਂ ਸਾਨੂੰ ਸਾਡੇ ਕਲਚਰ ਬਾਰੇ ਪਤਾ ਚੱਲਿਆ। ਮੇਨਲੀ ਮੈਂ ਸਰਪੰਚਨੀ ਸੰਦੀਪ ਕੌਰ, ਸ਼੍ਰੀਮਤੀ ਸੰਦੀਪ ਕੌਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਜਸਮੀ ਕੌਰ, ਡੌਟਰ ਆਫ ਤੇਜਿੰਦਰ ਸਿੰਘ, ਅਤੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਇੱਥੇ ਸਾਡੇ ਤੀਆਂ ਦਾ ਪ੍ਰੋਗਰਾਮ ਬਣਾਇਆ, ਅਤੇ ਸਾਰਿਆਂ ਨਾਲ ਧੰਨਵਾਦ ਕਰਦੇ ਹਾਂ ਸੰਦੀਪ ਕੌਰ ਸਰਪੰਚਨੀ ਦਾ ਜਿਸ ਨੇ ਇੱਥੇ ਤੀਆਂ ਲਵਾਈਆਂ। ਸਾਨੂੰ ਇੱਥੇ ਬਹੁਤ ਵਧੀਆ ਲੱਗਿਆ ਕਿ ਗਿੱਧਾ ਹੋਇਆ, ਬੋਲੀਆਂ ਪਈਆਂ, ਸਾਨੂੰ ਬਹੁਤ ਵਧੀਆ ਲੱਗਿਆ। ਜਨਤਾ ਦੀ ਆਵਾਜ਼ ਚੈਨਲ, ਧੰਨਵਾਦ। ਸਪੈਸ਼ਲੀ ਅਸੀਂ ਅਜੰਤਾ ਦੀ ਆਵਾਜ਼ ਚੈਨਲ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਹਰ ਸਮੇਂ ਸਾਡੇ ਨਾਲ ਆ ਕੇ ਖਲੋਂਦੇ ਨੇ, ਸਾਡੀ ਜਿਹੜੀ ਨਿਊਜ਼ ਆ ਉਹ ਆਪਣੀ ਨਿਊਜ਼ਪੇਪਰ ਦੇ ਵਿੱਚ ਲਗਾਉਂਦੇ ਨੇ।